ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਸ ਨੌਜਵਾਨ ਨੂੰ ਧਿਆਨ ਨਾਲ ਦੇਖੋ। ਇਸ ਦੇ ਕਾਲੇ ਕਾਰਨਾਮਿਆਂ ਦੀ ਕਹਾਣੀ ਸੁਣ ਤੁਸੀਂ ਦੰਗ ਰਹਿ ਜਾਓਗੇ। ਪੁਲਿਸ ਦੇ ਮੁਤਾਬਕ ਅੱਤਵਾਦੀ ਐਲਾਨੇ ਜਾ ਚੁੱਕੇ ਅਰਸ਼ ਡੱਲਾ ਦਾ ਇਹ ਸਾਥੀ ਕਾਲੂ ਹੈ, ਜੋ ਕਿ ਪਟਿਆਲਾ ਬੱਸ ਅੱਡੇ 'ਤੇ ਹੋਈ ਗੋਲੀਬਾਰੀ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਲੁੜਿੰਦਾ ਹੈ, ਜਿਸ ਨੂੰ ਮਾਨਸਾ ਪੁਲਿਸ ਨੇ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ADCP ਮਾਨਸਾ ਬਾਲਕ੍ਰਿਸ਼ਨ ਹੋਰਾਂ ਨੇ ਦੱਸਿਆ ਕਿ ਕਾਲੂ ਤੋਂ ਇੱਕ ਪਿਸਟਲ ਬਰਾਮਦ ਕੀਤਾ ਗਿਆ ਹੈ, ਜਿਹੜਾ ਮੇਡ ਇਨ ਚਾਈਨਾ ਦਾ ਬਣਿਆ ਹੋਇਆ ਏ, ਜੋ ਕਿ ਬਹੁਤ ਹੀ ਵਧੀਆ ਕੁਆਲਿਟੀ ਦਾ ਬਣਿਆ ਹੋਇਆ ਏ, ਜੋ ਕਿ ਇੱਕ ਖਤਰਨਾਕ ਹਥਿਆਰ ਹੈ। ਅੱਜ ਅਸੀਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ DGP ਸਾਹਿਬ ਗੌਰਵ ਜਾਧਵ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਜੋ ਮਾੜੇ ਅੰਸਰ ਖਿਲਾਫ਼ ਅਸੀਂ ਮੁਹਿੰਮ ਚਲਾਈ ਗਈ ਹੈ, ਮਾਨਸਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿੱਚ ਮਾਨਸਾ ਪੁਲਿਸ ਨੇ ਇੱਕ ਅਰਸ਼ ਡੱਲੇ ਦਾ ਜਿਹੜਾ ਗਰਾਊਂਡ ਓਪਰੇਟਰ ਹੈਗਾ ਜਸ਼ਨਦੀਪ ਸਿੰਘ ਉਲਫ ਕਾਲੂ ਪੁੱਤਰ ਗੁਰਤੇਜ ਸਿੰਘ, ਜੋ ਵਾਸੀ ਹੈਗਾ ਮਾਨਸਾ ਦਾ ਹੀ ਰਹਿਣ ਵਾਲਾ, ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਸਾਨੂੰ ਜਿਸ ਤੋਂ ਸਾਨੂੰ ਇੱਕ ਮੇਡ ਇਨ ਜਾਂ ਟਰਕੀ ਫੋਰਨ ਮੇਡ ਪਿਸਟਲ ਬਰਾਮਦ ਕੀਤਾ ਹੈ, ਅਤੇ ਇਸ ਨਾਲ ਸਾਨੂੰ ਕਾਰ 4 ਕਾਰਤੂਸ ਵੀ 9mm ਬਰਾਮਦ ਹੋਏ ਹੈਗੇ ਆ। ਅਤੇ ਜਿਹੜਾ ਇਹ ਦੱਸਣ ਵਾਲੀ ਗੱਲ ਹੈ ਕਿ ਜਿਹੜਾ ਇਹ ਕਾਲੂ ਹੈਗਾ, ਇਸ ਨੇ ਪਟਿਆਲਾ ਬੱਸ ਸਟੈਂਡ 'ਤੇ ਵੀ ਫਾਇਰਿੰਗ ਕੀਤੀ ਸੀ, ਜਿਹੜਾ ਉਹਨੂੰ ਪਟਿਆਲਾ ਪੁਲਿਸ ਨੂੰ ਵੀ ਲੋੜੀਂਦਾ ਹੈਗਾ, ਅਤੇ ਇਹਨੇ ਸੇਮ ਪਿਸਟਲ ਰਾਹੀਂ ਉੱਥੇ ਫਾਇਰ ਕਰਕੇ ਆਇਆ ਸੀ ਇਹ। ਅਤੇ ਇਸ ਵਿੱਚ ਜੋ ਇਹਨੇ ਇਹ ਮੇਨ ਇਹਦਾ ਜਿਹੜਾ ਮੋਡਸ ਓਪਰੈਂਡੀ ਸੀ, ਇਹ ਕੀ ਕਰਦਾ ਸੀ, ਇਹ ਅਰਸ਼ ਡੱਲੇ ਦੇ ਜੋ ਅਰਸ਼ ਡੱਲੇ ਨੂੰ ਪੈਸੇ ਭੇਜਦਾ ਸੀ, ਉਸ ਨੂੰ ਇਹ ਪਰਮਜੀਤ ਪੰਮਾ ਜਿਹੜਾ ਹੈਗਾ ਉਸਦੇ ਅਕਾਊਂਟ 'ਚ ਪਵਾ ਦਿੰਦਾ ਸੀ, ਜਾਂ ਹੋਰ ਜਿਹੜੇ ਉਹਦੇ ਸਾਥੀ ਹੈਗੇ ਆ ਉਹਨਾਂ ਦੇ ਅਕਾਊਂਟਾਂ 'ਚ ਪਵਾ ਕੇ ਜੋ ਜੇਲ੍ਹ 'ਚ ਹੈਗੇ ਆ, ਅਤੇ ਉਹ ਜਿਹੜੇ ਉਹਦੇ ਅੱਗੇ ਫਰਦਰ ਉਹਦੇ ਜਿਹੜੇ ਮੋਟਿਵ ਹੈ ਉਹਨਾਂ ਨੂੰ ਅੰਜਾਮ ਦਿੰਦੇ ਸੀ। ਇਸ ਤੋਂ ਪਹਿਲਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਹੈ ਜੀ? ਹਜੇ ਤੱਕ ਫਰਦਰ ਇਨਵੈਸਟੀਗੇਸ਼ਨ ਹਜੇ ਜਾਰੀ ਹੈ, ਜੋ ਅਸੀਂ ਇਹਦੇ ਬੈਕਗ੍ਰਾਊਂਡ ਜੇ ਹੈਗਾ ਅਸੀਂ ਇਹਦੇ ਕੇਸਿਸ ਬਾਰੇ ਪਤਾ ਕਰਦੇ ਪਏ ਹੈਗੇ, ਤਾਂ ਇਸ ਵਿੱਚ ਜੋ ਦੱਸ ਇਹ ਹੈਗੇ ਪਰਮਜੀਤ ਪੰਮੇ ਦਾ ਵੀ ਸਾਥੀ ਹੈ। ਸਰ ਇਹ ਤਾਂ ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਇਹ ਤਾਂ ਸਾਨੂੰ ਹੁਣ 3 ਦਿਨ ਦਾ ਰਿਮਾਂਡ ਮਿਲਿਆ ਹੈਗਾ, ਜਿਸ ਵਿੱਚ ਅਸੀਂ ਪੂਰੇ ਇਹਦੇ ਫਰਦਰ ਜਿਹੜੇ ਇਹਦੇ ਸਾਥੀ ਹੈਗੇ ਆ ਜਾਂ ਇਹਦੀ ਜਿਹੜੀ ਵੀ ਫਾਈਨੈਂਸ਼ੀਅਲ ਜਿਹੜੀਆਂ ਟ੍ਰਾਂਸੈਕਸ਼ਨ ਹੋਈਆਂ ਹੈਗੀਆਂ ਉਸ ਨੂੰ ਇਨਵੈਸਟੀਗੇਟ ਕਰਨਾ। ਮਾਨਸਾ ਪੁਲਿਸ ਨੇ ਫੜਿਆ, ਤੁਹਾਨੂੰ ਕੁਛ ਕਹਿਣਾ ਚਾਹੋਗੇ? ਕਿਉਂ ਬਤਾ ਰਹੀ ਹੈ ਕਿ ਆਪ ਪੰਮਾ ਕੇ ਸਾਥ ਅੱਤਵਾਦੀ ਕੇ ਸਾਥ ਰਿਲੇਸ਼ਨਸ਼ਿਪ ਹੈ ਆਪਕੀ, ਕਿਆ ਕਹੇਗਾ? ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਣ। ਹਕੀਕੀ TV ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।